ਦੇਖੋ ਬਾਈ ਜੀ, 8 ਇੰਚੀ ਪਾਣੀ ਕੱਢ ਰਿਹਾ ਜੀ ਪੱਖਾ, ਅਤੇ ਟਰੈਕਟਰ ਦੀ ਵੀ ਕੋਈ ਜ਼ਿਆਦਾ ਰੇਸ ਨਹੀਂ ਹੈ, ਅਤੇ ਇੱਧਰ ਦੇਖੋ ਡਿੱਗੀ ਵੀ ਜਮ੍ਹਾਂ ਖਾਲੀ ਹੋਣ 'ਤੇ, ਕੋਈ ਜ਼ਿਆਦਾ ਪਾਣੀ ਵੀ ਨਹੀਂ 'ਚ, ਆਹ ਜੋੜ ਵੀ ਇਹਦਾ ਲੀਕ ਹੈ, ਬੰਦਾ ਜਿੱਦਾਂ ਮਿੱਟੀ ਲਾ ਰਿਹਾ ਇਹਨੂੰ, ਇਹ ਜੋੜ ਵੀ ਲੀਕ ਹੈ, ਇੱਥੋਂ ਹਵਾ ਵੀ ਲੈ ਰਿਹਾ ਹਜੇ ਤੱਕ, ਅਤੇ ਡਿੱਗੀ ਬਿਲਕੁਲ ਖਾਲੀ ਹੈ ਦੇਖ ਸਕਦੇ ਹੋ ਤੁਸੀਂ, 8 ਇੰਚੀ ਪਾਣੀ ਪੂਰਾ ਕੱਢ ਰਿਹਾ ਜੀ ਅਜੇ ਵੀ, ਟਰੈਕਟਰ 265 ਹੈ, ਕੋਈ ਜ਼ਿਆਦਾ ਚੱਕਰ ਨਹੀਂ ਜੀ ਇਹਦੇ, ਦੇਖੋ ਕੋਈ ਜ਼ਿਆਦਾ ਲੋਡ ਵੀ ਨਹੀਂ ਲੈ ਰਿਹਾ ਟਰੈਕਟਰ, ਸੌ ਚੱਕਰ 'ਤੇ ਹੈ ਜੀ ਪੂਰਾ, 8 ਇੰਚੀ ਹੈ ਜੀ, ਅਜੇ ਹਵਾ ਲੈਂਦਾ ਇਹ ਪਿੱਛੋਂ, ਟਰੈਕਟਰ 'ਤੇ ਕੋਈ ਲੋਡ ਨਹੀਂ ਆ ਰਿਹਾ ਬਿਲਕੁਲ, ਤੁਸੀਂ ਦੇਖ ਸਕਦੇ ਜੀ 8 ਇੰਚੀ ਦਾ ਪ੍ਰੈਸ਼ਰ, ਬਿਲਕੁਲ ਡਿੱਗੀ ਖਾਲੀ ਹੈ, ਥੋੜ੍ਹਾ ਪਾਣੀ ਹੈ ਇੱਕ, ਫੁੱਟਬਾਲ ਸਾਨੂੰ ਨਜ਼ਰ ਆ ਰਿਹਾ, ਕੋਈ ਜ਼ਿਆਦਾ ਹੈ ਨਹੀਂ, 3 ਕੁ ਫੁੱਟ ਪਾਣੀ ਹੋਣਾ ਇਹਦੇ ਵਿੱਚ, ਅਤੇ ਆਹ ਜਿਹੜਾ ਤੁਸੀਂ ਜੋੜ ਦੇਖ ਰਹੇ ਹੋ, ਇੱਥੋਂ ਜੋੜ 'ਚੋਂ ਪਾਣੀ ਨਿਕਲ ਰਿਹਾ ਸੀ, ਇੰਨੀ ਹਵਾ ਵੀ ਲੈ ਰਿਹਾ ਇੱਥੋਂ, ਤਾਂ ਵੀ ਇਹ ਇੰਨਾ ਪਾਣੀ ਕੱਢ ਰਿਹਾ ਪੱਖਾ, ਦੇਖੋ ਜੀ ਬਿਲਕੁਲ ਲੈਂਕਾਂ ਨਹੀਂ ਪਾਈਆਂ ਹੋਈਆਂ ਟਰੈਕਟਰ ਦੀਆਂ, ਅਤੇ ਪੱਖਾ 1% ਨਹੀਂ ਹੱਲ ਰਿਹਾ, ਬਿਲਕੁਲ ਵੀ ਹਲਚਲ ਹੋਏ ਨਹੀਂ ਪੱਖੇ ਦੀ, ਸਿੱਧਾ PTO ਤੋਂ ਜੋੜਿਆ ਗਿਆ ਇਹ, ਕੋਈ ਟਰੈਕਟਰ ਨੂੰ ਵੀ ਖਾਸ ਲੋੜ ਨਹੀਂ ਹੈ ਟਰੈਕਟਰ 'ਤੇ ਵੀ, ਹਾਂ ਮੇਰਾ ਨੰਬਰ ਹੈ ਜੀ ਸਾਹਮਣੇ ਜਿਹੜਾ, ਤੁਸੀਂ ਕੰਟੈਕਟ ਕਰਨਾ ਹੋਵੇ ਇਸ ਨੰਬਰ 'ਤੇ ਮੇਰੇ 'ਚ ਕੰਟੈਕਟ ਤੁਸੀਂ ਕਰ ਸਕਦੇ ਹੋ ਜੇ ਪੱਖਾ ਲੈਣਾ ਹੋਵੇ, ਦੇਖੋ ਜੀ ਲੈਂਕਾਂ ਨਹੀਂ ਪਾਈਆਂ ਹੋਈਆਂ, ਸਿੱਧਾ PTO ਤੋਂ ਲੱਗਿਆ ਹੋਇਆ, ਪ੍ਰੈਸ਼ਰ ਪਾਣੀ ਕੱਢ ਰਿਹਾ ਜੀ ਇਸ ਟਾਈਮ, ਤੁਸੀਂ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਹੀ ਆਰਾਮ ਨਾਲ ਚੱਲ ਰਿਹਾ ਜੀ, ਇਹ ਪਾਣੀ ਘੱਟੋ ਘੱਟ 2 ਕਿੱਲੇ ਕੱਢੂਗਾ ਜੀ ਘੰਟੇ ਦੇ, ਜਿੰਨਾ ਇਹ ਕੱਢ ਰਿਹਾ, 2 ਤੋਂ ਉੱਪਰ ਜਾ ਸਕਦਾ ਜੀ, ਥੱਲੇ ਨਹੀਂ ਆਉਂਦਾ, ਦੇਖ ਸਕਦੇ ਹੋ ਤੁਸੀਂ 1% ਵੀ ਵਾਈਬ੍ਰੇਟ ਹੈ ਨਹੀਂ ਜੀ ਪੱਖੇ ਦੀ, ਬਣਾਉਣੇ ਆ ਅਸੀਂ ਚੱਕ 22 RP ਨੇੜੇ ਪਿੰਡ ਸਗਰਾਣਾ ਮੰਡੀ ਗੈਸਿੰਗਪੁਰ, ਜੇ ਕਿਸੇ ਵੀਰ ਨੇ ਲੈਣਾ ਹੋਵੇ ਪੱਖਾ, ਮੇਰਾ ਨੰਬਰ ਹੈ ਜੀ 98 289 62 358,
ਅਤੇ 90794-96-009 90794-96-009 ਮੇਰਾ ਨੰਬਰ ਹੈ ਜੀ, ਕੰਟੈਕਟ ਕਰ ਸਕਦੇ ਹੋ ਵੀਰੇ।